ਮੋਗਾ ਵਿਖੇ ਅੱਜ ਆਪ ਦੇ ਲੁਧਿਆਣਾ ਪੱਛਮੀ ਤੋਂ ਉਮੀਦਵਾਰ ਤੇ ਕਿਸਾਨ ਵਿੰਗ ਦੇ ਜਨਰਲ ਸਕੱਤਰ ਅਹਿਬਾਬ ਸਿੰਘ ਗਰੇਵਾਲ ਅਤੇ ਆਪ ਯੂਥ ਵਿੰਗ ਪੰਜਾਬ ਦੇ ਸੰਯੁਕਤ ਸਕੱਤਰ ਜਗਦੀਪ ਸਿੰਘ ਜੈਮਲਵਾਲਾ ਵੱਲੋਂ ਕੀਤੀ ਗਈ ਪ੍ਰੈਸ ਕਾਨਫਰੰਸ ਵਿੱਚ ਅਕਾਲੀਆਂ ਦੀ ਕੁੱਟ ਦਾ ਸ਼ਿਕਾਰ ਹੋਏ ਆਪ ਵਲੰਟੀਅਰਾਂ ਨੂੰ ਪੱਤਰਕਾਰਾਂ ਸਾਹਮਣੇ ਪੇਸ਼ ਕਰਦਿਆਂ ਆਪ ਆਗੂਆਂ ਨੇ ਦੋਸ਼ ਲਾਇਆ ਕਿ ਸ਼੍ਰੋਮਣੀ ਅਕਾਲੀ ਦਲ ਬਾਦਲ ਅਤੇ ਭਾਜਪਾ ਦੀ ਗੱਠਜੋੜ ਸਰਕਾਰ ਵੱਲੋਂ ਆਪ ਦੀ ਲਹਿਰ ਨੂੰ ਦਬਾਉਣ ਲਈ ਜ਼ੁਰਮਾਨਾ ਕਾਰਵਾਈਆਂ ਕਰਨ ਵਾਲੇ ਅਨਸਰਾਂ ਦਾ ਸਹਾਰਾ ਲਿਆ ਜਾ ਰਿਹਾ ਹੈ ਤੇ ਆਪ ਆਗੂਆਂ ਤੇ ਹਮਲਾ ਕਰਕੇ ਉਹਨਾਂ ਨੂੰ ਜ਼ਖਮੀ ਕਰ ਦਿੱਤਾ ਗਿਆ ਹੈ। ਉਹਨਾਂ ਦੋਸ਼ ਲਾਇਆ ਕਿ ਆਪ ਆਗੂ ਜਗਦੀਪ ਜੈਮਲਵਾਲਾ ਨੂੰ ਸ਼ਰੇਆਮ ਧਮਕੀਆਂ ਦਿੱਤੀਆਂ ਜਾ ਰਹੀਆਂ ਨੇ। ਮਕਸਦ ਇਹਦਾ ਸਿੰਪਲ ਹੈ ਕਿ ਸਾਡੇ ਵਾਲੰਟੀਅਰਸ ਤੇ ਸਤਨਾਮ ਸਿੰਘ ਸੱਤੂ ਨਾਮ ਦਾ ਜਿਹੜਾ ਐਮਸੀ ਹੈ ਸ਼੍ਰੋਮਣੀ ਅਕਾਲੀ ਦਲ ਦਾ 12 ਨੰਬਰ ਵਾਰਡ ਤੋਂ ਬਾਗੇ ਪੜੇ ਤੋਂ ਉਹਨਾਂ ਨੇ ਸਾਡੇ ਵਾਲੰਟੀਅਰਸ ਗੋਬਿੰਦ ਸਿੰਘ ਤੇ ਬਲਵਿੰਦਰ ਸਿੰਘ ਉਹਨਾਂ 'ਤੇ ਹਮਲਾ ਕੀਤਾ। ਪਹਿਲਾਂ ਜਗਦੀਪ ਸਿੰਘ ਬਰਾੜ ਉਹਨਾਂ ਨੂੰ ਗਾਲਾਂ ਕੱਢੀਆਂ ਅਤੇ ਪੁਲਿਸ ਨੇ ਉਹਨਾਂ 'ਤੇ 307 ਜਾਂ 326 ਅਤੇ 450 ਲਾਉਣ ਦੀ ਬਜਾਏ ਪਹਿਲਾਂ 323 ਲਾਈ ਅਤੇ ਫਿਰ ਉਹਨੂੰ 325 'ਚ ਕਨਵਰਟ ਕਰਕੇ ਬਿਨਾਂ ਪੁਲਿਸ ਰਿਮਾਂਡ ਲਏ ਉਹ ਸਿਰਫ ਇੱਕ ਬੰਦੇ ਨੂੰ ਸਿੱਧਾ ਜੁਡੀਸ਼ਲ ਰਿਮਾਂਡ ਭੇਜ ਦਿੱਤਾ ਗਿਆ ਅਤੇ ਅੱਜ ਉਹਦੀ ਜ਼ਮਾਨਤ ਦੀ ਤਿਆਰੀ ਹੈ। ਸੋ ਸਾਡੀ ਪਹਿਲੀ ਡਿਮਾਂਡ ਇਹ ਹੈ ਕਿ ਜਿਹੜੀਆਂ ਦਫਾਵਾਂ ਬਣਦੀਆਂ ਨੇ ਬਾਏ ਲਾਅ ਉਹ ਲੱਗਣ। ਨੰਬਰ 2 ਉਹਨੂੰ ਦੁਬਾਰਾ ਰਿਮਾਂਡ ਲੈ ਕੇ ਇਹ ਜਿਹੜੇ ਬੰਦੇ ਨੇ ਉਹਦੇ ਨਾਲ ਜਿਹੜੇ 21 ਬੰਦੇ ਨੇ ਜਿਹੜੇ ਕੁਛ ਪਛਾਤੇ ਕੁਛ ਅਣਪਛਾਤੇ ਸੀ ਉਹਨਾਂ ਨੂੰ ਅਰੈਸਟ ਕੀਤਾ ਜਾਵੇ ਅਤੇ ਜਿਹੜਾ ਅਸਲਾ ਸੀ ਉਹ ਰਿਕਵਰ ਕੀਤਾ ਜਾਵੇ ਤਾਂ ਜੋ ਕਿ ਇਹ ਜਿਹੜੀ ਰੂਲਿੰਗ ਪਾਰਟੀ ਪੇਟਰਨਾਈਜ਼ ਕਰ ਰਹੀ ਹੈ ਕ੍ਰਿਮੀਨਲਸ ਨੂੰ ਇਹ ਬੰਦ ਹੋਵੇ ਜੀ। ਦੂਜਾ, ਕਿਉਂਕਿ ਇਹ ਨਹੀਂ ਹੋਇਆ, ਅਸੀਂ ਕੱਲ੍ਹ 11 ਵਜੇ ਬਾਗੇ ਪੁਰਾਣੇ 'ਚ ਇੱਕ ਰੋਸ ਮਾਰਚ ਕੱਢ ਰਹੇ ਹਾਂ ਅਤੇ 72 ਘੰਟੇ ਦਾ ਟਾਈਮ ਦਿੰਦੇ ਹਾਂ ਪੁਲਿਸ ਐਡਮਿਨਿਸਟ੍ਰੇਸ਼ਨ ਨੂੰ ਅਤੇ ਰੂਲਿੰਗ ਪਾਰਟੀ ਨੂੰ ਕਿ ਉਦੋਂ ਬਾਅਦ ਸਾਡੀ ਸੀਨੀਅਰ ਲੀਡਰਸ਼ਿਪ ਅਗਲਾ ਕੋਰਸ ਆਫ ਐਕਸ਼ਨ ਡਿਸਾਈਡ ਕਰੇ ਅਤੇ ਉਹਨਾਂ ਨੂੰ ਜਾਨੋਂ ਮਾਰਨ ਦੀ ਨੀਅਤ ਨਾਲ ਉਹਨਾਂ 'ਤੇ ਹਵਾਈ ਫਾਇਰ ਕੀਤੇ। ਹਵਾਈ ਫਾਇਰ ਕਰਕੇ ਉਹਨਾਂ ਨੇ ਦੁਕਾਨ ਦੀ ਤੋੜ ਫੋੜ ਕੀਤੀ, ਬਾਅਦ ਜਿਹੜੀਆਂ ਉਹਨਾਂ ਦੀ ਗੱਡੀ ਖੜੀ ਸੀ ਉਹਦੀ ਤੋੜ ਫੋੜ ਕਰਕੇ ਅਤੇ ਉੱਥੋਂ ਧਮਕੀਆਂ ਦੇ ਕੇ ਭੱਜ ਗਏ। ਜਦੋਂ ਅਸੀਂ ਪੁਲਿਸ ਨੂੰ ਕੰਪਲੇਂਟ ਕੀਤੀ, ਪੁਲਿਸ ਨੇ ਪ੍ਰਸ਼ਾਸਨ ਦੇ ਦਬਾਅ ਥੱਲੇ ਅਕਾਲੀ ਜਿਹੜੇ ਭਾਜਪਾ ਸਰਕਾਰ ਦੇ ਜਿਹੜੇ ਲੀਡਰ ਆ ਉਹਨਾਂ ਦੇ ਪ੍ਰਭਾਵ ਥੱਲੇ ਜੋ ਉਹਨਾਂ ਦੇ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਸੀ ਉਹ ਅਮਲ ਵਿੱਚ ਨਹੀਂ ਲਿਆਂਦੀ ਗਈ। ਉਹਨਾਂ ਨੇ ਆਪਦੀ ਮਰਜ਼ੀ ਦੇ ਨਾਲ ਉਹਨਾਂ ਨੂੰ ਹੈਲਪ ਕਰਨ ਲਈ ਉਹਨਾਂ ਨੇ ਜਿਹੜੀਆਂ ਜੋ ਧਾਰਾ ਬੰਦੀਆਂ ਸੀਗੀਆਂ ਹੀਨੀਅਸ ਕ੍ਰਾਈਮ ਦੀਆਂ ਉਹ ਲਾਈਆਂ ਨਹੀਂ ਗਈਆਂ ਅਤੇ ਉਹਨਾਂ ਨੇ ਜੋ ਧਾਰਾ ਜਿਹੜੀਆਂ ਲਾਈਆਂ ਵਾ ਉਹ ਸਫੀਸ਼ੈਂਟ ਨਹੀਂ ਗੀਆਂ, ਉਹ ਪ੍ਰੋਪਰ ਨਹੀਂ ਗੀਆਂ। ਉਹਦੇ ਖਿਲਾਫ ਅਸੀਂ ਜਿਹੜਾ ਹੈਗਾ ਵਾ ਅੱਜ ਜਿਹੜਾ ਪ੍ਰੈਸ ਕਾਨਫਰੰਸ ਕੀਤੀ ਆ, ਅਸੀਂ ਪ੍ਰਸ਼ਾਸਨ ਨੂੰ ਪੁਲਿਸ ਨੂੰ ਅਸੀਂ 72 ਘੰਟੇ ਦਾ ਅਲਟੀਮੇਟ ਦੇ ਰਹੇ ਹਾਂ। ਇਸ ਸੰਬੰਧ 'ਚ ਅਸੀਂ ਕੱਲ੍ਹ ਨੂੰ ਉੱਥੇ ਇੱਕ ਪ੍ਰੋਟੈਸਟ ਮਾਰਚ ਕਰਨ ਜਾ ਰਹੇ ਹਾਂ। ਜੇ ਪ੍ਰਸ਼ਾਸਨ ਨੇ ਸਾਡੀ 72 ਘੰਟੇ ਦੇ ਵਿੱਚ ਸਾਡੀ ਸੁਣਵਾਈ ਨਾ ਕੀਤੀ ਅਤੇ ਦੋਸ਼ੀਆਂ ਦੇ ਖਿਲਾਫ ਬਣਦੀ ਕਾਰਵਾਈ ਨਾ ਕੀਤੀ, ਬਣਦੀਆਂ ਜਿਹੜੀਆਂ ਧਾਰਾਵਾਂ ਵਾ ਉਹਨਾਂ ਨੂੰ ਨਾ ਐਡ ਕੀਤਾ ਅਤੇ ਜਿਹੜੇ ਦੂਸਰੇ ਮੁਲਜ਼ਮ ਹੈਗੇ ਜੇ ਉਹਨਾਂ ਨੂੰ ਨਾ ਅਰੈਸਟ ਕੀਤਾ ਤਾਂ 72 ਘੰਟੇ ਦੇ ਬਾਅਦ ਜੋ ਸਾਡੀ ਹਾਈ ਕਮਾਂਡ ਸਾਨੂੰ ਕਹੂਗੀ ਤੇ ਉਹਦੇ ਮੁਤਾਬਕ ਕਾਰਵਾਈ ਅਮਲ 'ਚ ਲਿਆਂਦੀ। ਤੋਂ ਜਾਂ ਟੀਵੀ ਨਿਊਜ਼ ਦੇ ਲਈ ਜੋਗਿੰਦਰ ਸਿੰਘ ਦੀ ਰਿਪੋਰਟ।